ਹੁਸ਼ਿਆਰਪੁਰ ਦੇ ਦਸੂਹਾ ਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਨਹਿਰ ਚ ਛਾਲ ਮਾਰ ਕੇ ਉਸ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਉਸ ਮ੍ਰਿਤਕ ਲੜਕੀ ਦੀ ਪਹਿਚਾਣ ਪਰਮਿੰਦਰ ਕੌਰ ਵਜੋਂ ਹੋਈ ਹੈ। ਉਹ ਕਰੀਬ 20 ਸਾਲ ਦੀ ਦੱਸੀ ਜਾ ਰਹੀ ਹੈ, ਜੋ ਬੀਏ ਦੇ ਫਾਈਨਲ ਦੀ ਵਿਦਿਆਰਥਣ ਵੀ ਸੀ ਤੇ ਉਹ ਪਿੰਡ ਅਜਮੇਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪਰਮਿੰਦਰ ਕੌਰ ਸਵੇਰੇ ਘਰੋਂ ਕਾਲਜ ਦੇ ਲਈ ਨਿਕਲੀ ਸੀ ਤੇ ਉਸਨੇ ਨਹਿਰ ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ। खुदकुशी के कारणों का अजे तक कुछ भी पता नहीं लग सकया। पुलिस वालों भी इस मामले की जांच की जा रही है। ये लड़की परमिंदर कौर अजमेरा पिंड की है जी, रहन वाली। ये कॉलेज बीए फाइनल च पढ़ती है दौड़े। इसने अज अपने झेदी हुई नहर के छाल मार के अपने अपनी जीवन लीला खत्म कर ली है। अगली कार्रवाई की ਹੁਸ਼ਿਆਰਪੁਰ ਦੇ ਦਸੂਹਾ ਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਨਹਿਰ ਚ ਛਾਲ ਮਾਰ ਕੇ ਉਸ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਉਸ ਮ੍ਰਿਤਕ ਲੜਕੀ ਦੀ ਪਹਿਚਾਣ ਪਰਮਿੰਦਰ ਕੌਰ ਵਜੋਂ ਹੋਈ ਹੈ। ਉਹ ਕਰੀਬ 20 ਸਾਲ ਦੀ ਦੱਸੀ ਜਾ ਰਹੀ ਹੈ, ਜੋ ਬੀਏ ਦੇ ਫਾਈਨਲ ਦੀ ਵਿਦਿਆਰਥਣ ਵੀ ਸੀ ਤੇ ਉਹ ਪਿੰਡ ਅਜਮੇਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪਰਮਿੰਦਰ ਕੌਰ ਸਵੇਰੇ ਘਰੋਂ ਕਾਲਜ ਦੇ ਲਈ ਨਿਕਲੀ ਸੀ ਤੇ ਉਸਨੇ ਨਹਿਰ ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ। खुदकुशी के कारणों का अजे तक कुछ भी पता नहीं लग सकया। पुलिस वालों भी इस मामले की जांच की जा रही है। ये लड़की परमिंदर कौर अजमेरा पिंड की है जी, रहने वाली। ये कॉलेज बीए फाइनल च पढ़ती है दौड़े। इसने अज अपने झेदी हुई नहर के छाल मार के अपने अपनी जीवन लीला खत्म कर ली है। अगली कार्रवाई की ਹੁਸ਼ਿਆਰਪੁਰ ਦੇ ਦਸੂਹਾ ਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਨਹਿਰ ਚ ਛਾਲ ਮਾਰ ਕੇ ਉਸ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਉਸ ਮ੍ਰਿਤਕ ਲੜਕੀ ਦੀ ਪਹਿਚਾਣ ਪਰਮਿੰਦਰ ਕੌਰ ਵਜੋਂ ਹੋਈ ਹੈ। ਉਹ ਕਰੀਬ 20 ਸਾਲ ਦੀ ਦੱਸੀ ਜਾ ਰਹੀ ਹੈ, ਜੋ ਬੀਏ ਦੇ ਫਾਈਨਲ ਦੀ ਵਿਦਿਆਰਥਣ ਵੀ ਸੀ ਤੇ ਉਹ ਪਿੰਡ ਅਜਮੇਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪਰਮਿੰਦਰ ਕੌਰ ਸਵੇਰੇ ਘਰੋਂ ਕਾਲਜ ਦੇ ਲਈ ਨਿਕਲੀ ਸੀ ਤੇ ਉਸਨੇ ਨਹਿਰ ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ। खुदकुशी के कारणों का अजे तक कुछ भी पता नहीं लग सकया। पुलिस वालों भी इस मामले की जांच की जा रही है। ये लड़की परमिंदर कौर अजमेरा पिंड की है जी, रहने वाली। ये कॉलेज बीए फाइनल च पढ़ती है दौड़े। इसने अज अपने झेदी हुई नहर के छाल मार के अपने अपनी जीवन लीला खत्म कर ली है। अगली कार्रवाई की ਉਹਦੇ ਬਾਪ ਦੇ ਬਿਆਨਾਂ ਦੇ ਉੱਤੇ ਜੋ ਉਹਦਾ ਬਾਪ ਬਿਆਨ ਦੇਗਾ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।